ਤੁਸੀਂ ਕਦੀ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨ ਵਾਸਤੇ ਗਏ ਹੋ ਕੱਪੜੇ ਵਗੈਰਾ ਖਰੀਦਣ ਵਾਸਤੇ ਹਾਂਜੀ ਜਾਂਦੇ ਰਹਿੰਦੇ ਹੋ ਅੱਛਾ ਫਿਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਤੁਸੀਂ ਜਵਾਬ ਦਿਓ ਕੱਪੜੇ ਨਾਲ ਰਿਲੇਟਡ ਹੀ ਹੈ ਤੇ ਸਾਡੇ ਵੀਰ ਭੈਣ ਵੀ ਕਮੈਂਟ ਰਾਹੀਂ ਸਵਾਲ ਦਾ ਜਵਾਬ ਦੇ ਸਕਦੇ ਨੇ ਤੇ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੁਣ ਉਲਟੇ ਜਿਹਾ ਸਵਾਲ ਹੋਊਗਾ ਹੋਰ ਹੀ ਹਾਂ ਉਲਟੇ ਸਵਾਲ ਹੁੰਦੇ ਸਾਡੇ ਸਿੱਧੇ ਸਵਾਲ ਸਾਡੇ ਸਿੱਧੇ ਸਵਾਲ ਸਾਰੇ ਤੁਹਾਡੇ ਹੀ ਹੁੰਦੇ ਨੇ ਸਾਡੇ ਸਵਾਲ ਹੀ ਪੁੱਠੇ ਹੁੰਦੇ ਨੇ ਹਾਂ ਦੇਖੋ ਸਾਡੇ ਸਵਾਲ ਹੀ ਪੁੱਠੇ ਹੋ ਗਏ ਬਿਲਕੁਲ ਹਾਂ ਹਾਂ ਚਲੋ 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 ਦਿਓ ਤੁਸੀਂ ਭੱਜਣਾ ਨਹੀਂ ਸਵਾਲਾਂ ਤੋਂ ਸਵਾਲ ਇਹ ਹੈ ਜੀ ਤੁਸੀਂ ਕਿਸੇ ਦੁਕਾਨ ਤੇ ਸ਼ਾਪਿੰਗ ਕਰਨ ਵਾਸਤੇ ਜਾ ਰਹੇ ਹੋ ਕੱਪੜੇ ਦੀ ਦੁਕਾਨ ਹੈ ਠੀਕ ਹੈ ਖਰੀਦਦਾਰੀ ਕਰਨ ਵਾਸਤੇ ਜਾ ਰਹੇ ਠੀਕ ਹੈ ਜੀ ਤੇ ਕੱਪੜੇ ਦੀ ਦੁਕਾਨ ਹੈ ਉਹ ਤੇ ਇੱਕ ਤੁਸੀਂ ਕੱਪੜਾ ਖਰੀਦ ਰਹੇ ਹੋ ਜਿਸ ਦਾ ਸਾਈਜ਼ ਹੈ 1 ਮੀਟਰ ਬਾਈ 1 ਮੀਟਰ ਦਾ ਠੀਕ ਹੈ ਠੀਕ ਹੈ 1 ਮੀਟਰ ਲੰਬਾ ਤੇ 1 ਮੀਟਰ ਚੌੜਾ ਠੀਕ ਹੈ ਉਹ ਤੁਹਾਨੂੰ ਮਿਲਦਾ ਹੈ 10 ਰੁਪਏ ਦਾ ਅੱਛਾ 1 ਮੀਟਰ ਲੰਬਾ 1 ਮੀਟਰ ਚੌੜਾ ਕੱਪੜਾ 10 ਰੁਪਏ ਦਾ ਮਿਲਦਾ ਹੈ ਜੇ ਤੁਸੀਂ ਉਹੀ ਕੱਪੜਾ 2 ਮੀਟਰ ਲੰਬਾ ਤੇ 2 ਮੀਟਰ ਚੌੜਾ ਖਰੀਦੋਗੇ ਤਾਂ ਤੁਹਾਨੂੰ ਕਿੰਨੇ ਦਾ ਮਿਲੇਗਾ ਜੇ ਉਹੀ ਕੱਪੜਾ ਮੈਂ ਮਤਲਬ 2 ਮੀਟਰ ਲੰਬਾ ਤੇ 2 ਮੀਟਰ ਚੌੜਾ ਖਰੀਦੋਗੇ ਤਾਂ ਤੁਹਾਨੂੰ ਕਿੰਨੇ ਦਾ ਮਿਲੇਗਾ ਕਮੈਂਟ ਕਰਕੇ ਤੁਸੀਂ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ ਇਹ ਕੱਪੜਾ ਹੈ 1 ਮੀਟਰ ਲੰਬਾ ਤੇ 1 ਮੀਟਰ ਚੌੜਾ ਉਹ ਹੈ 10 ਰੁਪਏ ਦਾ ਜੇ ਉਹੀ ਕੱਪੜਾ 2 ਮੀਟਰ ਲੰਬਾ ਤੇ 2 ਮੀਟਰ ਚੌੜਾ ਹੋਵੇਗਾ ਤਾਂ ਉਹਦਾ ਪ੍ਰਾਈਸ ਕੀ ਹੋਵੇਗਾ ਜੀ ਪੈਣੀ ਉਲਝਣ ਤਾਣੀ ਜੀ ਚ ਪਾਇਆ ਤੁਹਾਨੇ ਹਨਾ ਨਹੀਂ 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 ਕਿੰਨਾ ਸ਼ਾਪਿੰਗ ਤੁਸੀਂ ਕਰਦੇ ਰਹਿੰਦੇ ਹੋ ਬਹੁਤ ਸੌਖਾ ਸਵਾਲ ਹੈ ਮੈਥ ਦਾ ਸਵਾਲ ਹੈ ਬੜੇ ਸਿੰਪਲ ਤਰੀਕੇ ਨਾਲ ਜਵਾਬ ਦੇ ਸਕਦੇ ਮੇਰੇ ਹਿਸਾਬ ਦੇ ਨਾਲ ਤਾਂ 40 ਰੁਪਏ ਦਾ ਹੋਵੇਗਾ ਜੀ 40 ਰੁਪਏ ਦਾ ਹੋਵੇਗਾ ਥੋੜਾ ਵੇਟ ਤਾਂ ਕਰ ਲੈਂਦੇ ਜਵਾਬ ਸਹੀ ਹੈ ਐਕਸਪਲੇਨ ਕਰੋ ਕਿਵੇਂ ਐਕਸਪਲੇਨ ਕਰਨਾ ਹੁਣ ਮੇਰੇ ਵਾਸਤੇ ਦੀ ਗੱਲ ਤਾਂ ਹੈ ਨਹੀਂ ਚਲ ਮੈਂ ਕਰਦਾ ਨਹੀਂ ਕੋਸ਼ਿਸ਼ ਕਰਕੇ ਨਹੀਂ ਲੈ ਜੇ ਜਵਾਬ ਦੇ ਤਾਂ ਐਕਸਪਲੇਨ ਕਿਉਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਹਰ ਵਾਰ ਗਲਤ ਹੀ ਬੋਲਦੇ ਹੋ ਵੀ ਤੁਹਾਨੂੰ ਚਲੋ ਫਿਰ ਵੀ ਦੇਖਦੇ ਆ ਤੁਸੀਂ ਕੀ ਕਰਦੇ ਹੋ ਮੇਰੇ ਹਿਸਾਬ ਦੇ ਨਾਲ ਤਾਂ ਜਿਹੜਾ 2 ਮੀਟਰ ਚੌੜਾਈ ਦੇ ਵਿੱਚ ਕੱਪੜਾ 2 ਮੀਟਰ ਲੰਬਾਈ ਦੇ ਵਿੱਚ ਕੱਪੜਾ ਜੇ ਉਹਦੇ 4 ਪੀਸ ਕਰਾਂਗੇ ਆਪਾਂ ਹਨਾ 1-1 ਮੀਟਰ ਦੇ ਓਕੇ ਤਾਂ ਉਹ ਮਤਲਬ ਵੀ 10 ਰੁਪਏ ਦਾ ਕਿਹਾ ਸੋ 1 ਮੀਟਰ ਕੱਪੜਾ ਹਾਂ ਹਾਂ ਤੇ ਫਿਰ 10 ਰੁਪਏ ਦੇ ਜਦੋਂ 4 ਪੀਸ ਬਣ ਗਏ 2 ਮੀਟਰ ਕੱਪੜੇ ਦੇ ਤਾਂ ਫਿਰ ਉਹ 40 ਦੇ ਹੋ ਗਏ ਹਾਂ ਬਿਲਕੁਲ 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 ਜਿਹੜਾ 2 ਮੀਟਰ ਬਾਈ 2 ਮੀਟਰ ਦਾ ਕੱਪੜਾ ਹੈ ਉਹਨੂੰ ਆਪਾਂ ਸੈਂਟਰ 'ਚ ਕੱਟ ਕਰਾਂਗੇ ਪਹਿਲੇ ਆਪਾਂ 1 ਖਚੀਰ ਪਾਵਾਂਗੇ ਉਹ ਬਣ ਜਾਏਗਾ 2 ਮੀਟਰ ਬਾਈ 1 ਮੀਟਰ ਦਾ ਤੇ 2 ਮੀਟਰ ਬਾਈ 1 ਮੀਟਰ ਦੇ ਦੋ ਕੱਪੜੇ ਬਣ ਜਾਣਗੇ ਠੀਕ ਹੈ ਫਿਰ ਉਹਨਾਂ ਨੂੰ ਇੱਕ ਦੂਜੇ ਦੇ ਉੱਤੇ ਰੱਖ ਕੇ ਫਿਰ ਸੈਂਟਰ 'ਚ ਚੀਰ ਪਾਵਾਂਗੇ ਤਾਂ ਉਹ 1 ਮੀਟਰ ਬਾਈ 1 ਮੀਟਰ ਦੇ ਦੋ ਇੱਧਰ ਵੱਖਰੇ ਹੋ ਜਾਣਗੇ ਤੇ 1 ਮੀਟਰ ਬਾਈ 1 ਮੀਟਰ ਦੇ ਦੋ ਇੱਧਰ ਵੱਖਰੇ ਹੋ ਜਾਣਗੇ ਠੀਕ ਹੈ ਸਾਡੇ ਕੋਲ 4 ਪੀਸ ਹੋਣਗੇ 1 ਮੀਟਰ ਬਾਈ 1 ਮੀਟਰ ਦੇ ਤਾਂ ਉਹਦਾ ਰੇਟ ਹੋਏਗਾ ਪਰ ਪੀਸ ਦੇ 10 ਰੁਪਏ ਹਿਸਾਬ ਨਾਲ 4 ਪੀਸ ਹੋ ਗਏ 40 ਰੁਪਏ ਤੇ ਬਿਲਕੁਲ ਸਹੀ ਜਵਾਬ ਹੈ ਜੀ ਆਪਨੇ ਦਿੱਤਾ ਹੈ ਤੇ ਜਿਨ੍ਹਾਂ ਨੇ ਕਮੈਂਟ ਰਾਹੀਂ ਸਹੀ ਜਵਾਬ ਦਿੱਤਾ ਹੈ ਜਿਨ੍ਹਾਂ ਨੇ 20 ਰੁਪਏ ਦਿੱਤੇ ਨੇ ਤਾਂ ਮੈਂ ਤਾਂ ਇਹੀ ਕਹਾਂਗਾ ਭਾਈ ਤੁਸੀਂ ਦੁਕਾਨਦਾਰ ਨੂੰ ਲੁੱਟ ਕੇ ਆ ਗਏ ਔਰ ਜਿਨ੍ਹਾਂ ਨੇ 40 ਰੁਪਏ ਜਵਾਬ ਦਿੱਤਾ ਹੈ ਉਹ ਬਿਲਕੁਲ ਸਹੀ ਜਵਾਬ ਦਿੱਤਾ ਹੈ ਤੇ ਦੁਕਾਨਦਾਰਾਂ ਦਾ ਫਾਇਦਾ ਹੋ ਗਿਆ ਠੀਕ ਹੈ ਜੀ ਸੋ ਭੈਣ ਜੀ ਅਗਲਾ ਸਵਾਲ ਹੈ ਥੋੜਾ ਜਿਹਾ ਉਲਝਣ ਤਾਣੀ ਵਾਲਾ ਸਵਾਲ ਹੈ ਮੈਨੂੰ ਲੱਗਦਾ ਕਨਫਿਊਜ਼ਨ ਮੈਨੂੰ ਸਵਾਲ ਕੁਐਸਚਨ ਪੁੱਛਣ ਲੱਗੇ ਵੀ ਹੋਏਗੀ ਤੇ ਜਵਾਬ ਦੇਣ ਲੱਗੇ ਤਾਂ ਕਨਫਿਊਜ਼ਨ ਹੋਣੀ ਹੋਣੀ ਹੈ ਚਲੋ ਥੋੜਾ ਔਖਾ ਜਿਹਾ ਕੁਐਸਚਨ ਹੀ ਔਖਾ ਜਿਹਾ ਮੰਨ ਕੇ ਚਲੋ ਭੈਣ ਜੀ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਣਾ ਤੇ ਉਸ ਪਿੰਡ ਦਾ ਨਾਮ ਹੈ ਸ਼ਾਮਪੁਰ ਅੱਛਾ ਉਹ ਮੈਨੂੰ ਇਹ ਨਾ ਕਿ ਸ਼ਾਮਪੁਰ ਨਹੀਂ ਹੁੰਦਾ ਸ਼ਾਮਪੁਰ ਹੁੰਦਾ ਹੈ ਕਿਉਂਕਿ ਸਾਡੇ ਸੱਸੇ ਮੈਂ ਤਾਂ ਬੋਲਦੀ ਹੋਈ ਨਹੀਂ ਹੈਗੀ ਪਤਾ ਨਹੀਂ ਕੀ ਅਸੀਂ ਇੱਕ ਨੇ ਗਲਤੀ ਦੱਸਤੀ ਸਾਰੇ ਉਹੀ ਕਰੀ ਜਾਂਦੇ ਨੇ ਤੋ ਸੱਸਾ ਸੁਧਾਰ ਲੋ ਉਹ ਸਾਨੂੰ ਤਾਂ ਪਤਾ ਹੈ ਸਾਡੇ ਸੰਗਰੂਰ ਵਾਲੇ ਦਾ ਸੱਸੇ ਦੀ ਪ੍ਰੋਬਲਮ ਸਭ ਤੋਂ ਵੱਡੀ ਠੀਕ ਹੈ ਜੀ ਸੋ ਸਾਡੀ ਇਹ ਪ੍ਰੋਬਲਮ ਹੈ ਭਾਈ ਇਹ ਸਾਡੇ ਜ਼ਿਲ੍ਹੇ ਦੀ ਪ੍ਰੋਬਲਮ ਹੈ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਸਾਡੇ ਜ਼ਿਲ੍ਹੇ ਦੀ ਪ੍ਰੋਬਲਮ ਹੈ ਅਸੀਂ ਸੱਸਾ 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 ਹੀ ਕਰਦੇ ਆ ਬਾਕੀ ਐਮ ਹੁੰਦਾ ਨਹੀਂ ਫੈਮਿਲੀ ਤੇ ਜਿਵੇਂ ਫੈਮਿਲੀ ਬੋਲਦੀ ਹੈ ਨਾ ਬੱਚਾ ਫਿਰ ਉਦਾਂ ਹੀ ਬੋਲਦਾ ਹਨਾ ਹਾਂ ਨਹੀਂ ਵੈਸੇ ਦੇਖੋ ਜੀ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਸੱਸਾ ਹੀ ਬੋਲੀਏ ਪਤਾ ਨਹੀਂ ਤੁਹਾਨੂੰ ਛੱਛਾ ਕਿਉਂ ਸੁਣ ਜਾਂਦਾ ਹੈ ਇਹ ਤਾਂ ਸੱਸਾ ਹੀ ਬੋਲਦੇ ਆਪਣੇ ਜਾਣੇ ਤਾਂ ਠੀਕ ਬੋਲਦੇ ਆ ਆਪਣੇ ਜਿਹੜੇ ਤਾਂ ਅਸੀਂ ਸੱਸਾ ਹੀ ਬੋਲਦੇ ਆ ਖੈਰ ਸੋ ਭੈਣ ਜੀ ਸਵਾਲ ਇਹ ਹੈ ਇੱਕ ਪਿੰਡ ਹੈ ਜੀ ਜਿਸ ਦਾ ਨਾਮ ਹੈ ਸ਼ਾਮਪੁਰ ਠੀਕ ਹੈ ਤੇ ਤੁਸੀਂ ਉਸ ਪਿੰਡ ਦੇ ਵਿੱਚ ਜਾਣਾ ਬਟ ਤੁਹਾਨੂੰ ਉਸ ਪਿੰਡ ਦਾ ਰਾਹ ਨਹੀਂ ਪਤਾ ਅੱਛਾ ਤੇ ਤੁਸੀਂ ਉੱਥੇ ਜਾ ਰਹੇ ਹੋ ਤੇ ਰਸਤੇ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਦੋ ਰਸਤੇ ਜਾਂਦੇ ਨੇ ਇੱਕ ਪਿੰਡ ਨੂੰ ਜਾਂਦਾ ਹੈ ਸ਼ਾਮਪੁਰ ਨੂੰ ਇੱਕ ਰਸਤਾ ਜਾਂਦਾ ਰਾਮਪੁਰ ਪਿੰਡ ਨੂੰ ਇਸ ਪਿੰਡ ਦੇ ਵਿੱਚ ਖਾਸੀਅਤ ਵੀ ਹੈ ਦੋਨਾਂ ਪਿੰਡਾਂ ਦੇ ਵਿੱਚ ਅੱਛਾ ਸ਼ਾਮਪੁਰ ਦੇ ਲੋਕ ਕਦੀ ਝੂਠ ਨਹੀਂ ਬੋਲਦੇ ਠੀਕ ਕਦੀ ਵੀ ਝੂਠ ਨਹੀਂ ਬੋਲਦੇ ਉਹ ਜਿਹੜੇ ਰਾਮਪੁਰ ਦੇ ਲੋਕ ਨੇ ਕਦੀ ਸੱਚ ਨਹੀਂ ਬੋਲਦੇ ਅੱਛਾ ਸ਼ਾਮਪੁਰ ਦੇ ਹੁਣ ਕੋਈ ਰਾਮਪੁਰ ਵਾਲਾ ਹੋਏ ਭਾਈ ਮਾਈਂਡ ਨਾ ਕਰਿਓ ਅਸੀਂ ਤਾਂ ਗੱਲਬਾਤ ਉਦਾਂ ਹੀ ਕਰ ਰਹੇ ਹਾਂ ਕੋਈ ਨਾ ਕੋਈ ਪਿੰਡ ਦਾ ਨਾਮ ਤਾਂ ਲੈਣਾ ਹੀ ਹੈ ਨਾ ਇਸ ਕਰਕੇ ਅਸੀਂ ਨਾਮ ਲੈ ਰਹੇ ਪਲੀਜ਼ ਮਾਈਂਡ ਨਾ ਕਰੋ ਸਾਡੇ ਪਿੰਡ ਵਾਲੇ ਨੂੰ ਕਹਿੰਦੇ ਹੋ ਝੂਠੇ ਹੁੰਦੇ ਨੇ ਨਹੀਂ ਉਦਾਂ ਹੀ ਭਾਈ ਕੋਈ ਐਗਜ਼ਾਮਪਲ ਤਾਂ ਦੇਣਾ ਹੀ ਹੈ ਸੋ ਰਾਮਪੁਰ ਵਾਲੇ ਕਦੀ ਸੱਚ ਨਹੀਂ ਬੋਲਦੇ ਔਰ ਸ਼ਾਮਪੁਰ ਵਾਲੇ ਕਦੀ ਝੂਠ ਨਹੀਂ ਬੋਲਦੇ ਠੀਕ ਹੈ ਜੀ ਤੇ ਤੁਸੀਂ ਉਸ ਪਿੰਡ ਦੇ ਚੁਰਸਤੇ ਇੱਕ ਜਗ੍ਹਾ ਖੜ ਗਏ ਤੇ ਤੁਹਾਨੂੰ ਹੁਣ ਇਹ ਨਹੀਂ ਪਤਾ ਕਿਹੜਾ ਰਸਤਾ ਰਾਮਪੁਰ ਨੂੰ ਜਾਂਦਾ ਕਿਹੜਾ ਰਸਤਾ ਸ਼ਾਮਪੁਰ ਨੂੰ ਜਾਣਾ ਇੱਕ ਬੰਦਾ ਆ ਰਿਹਾ ਇਹ ਨਹੀਂ ਪਤਾ ਕਿਹੜੇ ਪਿੰਡ ਦਾ ਕਿੱਥੋਂ ਆ ਰਿਹਾ ਇਹ ਵੀ ਨਹੀਂ ਪਤਾ ਆਪਾਂ ਨੂੰ ਇੱਕ ਬੰਦਾ ਆ ਰਿਹਾ ਉੱਥੇ ਖੜਿਆ ਤੁਹਾਨੂੰ ਮਿਲ ਗਿਆ ਤੇ ਤੁਸੀਂ ਉਹਨੂੰ ਇੱਕ ਸਵਾਲ ਪੁੱਛੋਗੇ ਓਨਲੀ 1 ਕੁਐਸਚਨ ਉਹ ਕਿਹੜਾ ਹੋਏਗਾ ਕਿ ਤੁਸੀਂ ਆਪਣੀ ਮੰਜ਼ਿਲ ਸ਼ਾਮਪੁਰ ਨੂੰ ਪਹੁੰਚ ਜਾਓ ਇੱਕੋ ਹੀ ਸਵਾਲ ਪੁੱਛਣਾ ਦੂਸਰਾ ਸਵਾਲ ਨਹੀਂ ਪੁੱਛਣਾ ਉਹ ਕਿਹੜਾ ਸਵਾਲ ਹੋਏਗਾ ਜਿਸ ਦੇ ਨਾਲ ਤੁਸੀਂ ਆਪਣੀ
जवाब तुहाडा सही है, उन्होंने एक्सप्लेन करो कि जवाब बिल्कुल सही है जी। जवाब यह होगा कि तुहाडे पिंड नूं केड़ा रस्ता जांदा है, यह उन्हें क्वेश्चन किया जाएगा। तुहाडे पिंड नूं केड़ा रस्ता जांदा है, लेकिन क्यों, यही क्वेश्चन क्यों किया जाएगा? ਇਹ ਇੱਦਾਂ ਕੀਤਾ ਜਾਊਗਾ ਨਹੀਂ, ਦੇਖੋ ਜੀ ਜੇ ਤਾਂ ਉਹ ਮਤਲਬ ਰਾਮਪੁਰ ਦਾ ਹੋਇਆ ਸੀ ਹਨਾ, ਤਾਂ ਫਿਰ ਉਹ ਝੂਠ ਬੋਲੂਗਾ ਹਨਾ, ਹਾਂ ਤਾਂ ਫਿਰ ਉਹ ਦੂਸਰੇ ਰਸਤੇ ਪਾਊਗਾ, ਤਾਂ ਵੀ ਉਹਨੇ ਸ਼ਾਮਪੁਰ ਬਣਿਆ। ਹਾਂ ਜੇ ਸ਼ਾਮਪੁਰ ਦਾ ਹੋਇਆ ਤਾਂ ਵੀ ਉਹ ਉਸੇ ਰਸਤੇ ਪਾਊਗਾ, ਤਾਂ ਵੀ ਉਹ ਸ਼ਾਮਪੁਰ ਬਣ ਕੇ ਵੀ ਸੱਚ ਬੋਲਦਾ ਬਿਲਕੁਲ, ਕਿਉਂਕਿ ਜੇ ਉਹ ਬੰਦਾ ਹੋਇਆ ਸ਼ਾਮਪੁਰ ਦਾ, ਦੇਖੋ ਜੇ ਤੁਸੀਂ ਉਹਨੂੰ ਕਹਿੰਦੇ ਕਿ ਵੀਰੇ ਸ਼ਾਮਪੁਰ ਜਾਣ ਦਾ ਰਸਤਾ ਕਿਹੜਾ, ਜੇ ਤੁਸੀਂ ਇਹ ਗੱਲ ਕਰਦੇ ਕਿ ਸ਼ਾਮਪੁਰ ਜਾਣ ਦਾ ਰਸਤਾ ਹੈ ਔਰ ਉਹ ਬੰਦਾ ਹੁੰਦਾ ਝੂਠਾ, ਤਾਂ ਤੁਹਾਨੂੰ ਉਹ ਕਹਿੰਦਾ ਕਿ ਆਹ ਰਸਤਾ ਹੈ, ਉਹ ਤੁਹਾਨੂੰ ਰਾਮਪੁਰ ਪਾ ਦਿੰਦਾ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਸੱਚਾ ਜਾਂ ਝੂਠਾ ਹੈ, ਠੀਕ ਹੈ। ਔਰ ਜੇ ਤੁਸੀਂ ਉਹਨੂੰ ਕਹਿੰਦੇ ਵੀ ਰਾਮਪੁਰ ਜਾਣਾ ਹੈ ਨਾ, ਮੰਨ ਕੇ ਚਲੋ ਤੁਸੀਂ ਝੂਠ ਬੋਲ ਜਾਂਦੇ ਔਰ ਉਹ ਬੰਦਾ ਹੁੰਦਾ ਸੱਚਾ, ਤਾਂ ਉਹ ਤੁਹਾਨੂੰ ਰਾਮਪੁਰ ਪਾਉਂਦਾ, ਕਿਉਂਕਿ ਉਹ ਸੱਚਾ ਬੰਦਾ ਸੀ, ਉਹਨਾਂ ਨੂੰ ਪਾਉਣਾ ਹੀ ਉੱਥੇ ਸੀਗਾ, ਠੀਕ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਸੱਚਾ ਜਾਂ ਝੂਠਾ ਹੈ। ਅਤੇ ਇਸ ਕਰਕੇ ਤੁਹਾਨੂੰ ਉਹ ਸਵਾਲ ਪੁੱਛਣਾ ਚਾਹੀਦਾ ਸੀਗਾ ਜਿੰਨਾ ਤੁਹਾਡੇ ਦੋਨੋਂ ਮੈਟਰ ਸੋਲਵ ਹੋ ਜਾਣ, ਇਹ ਵੀ ਨਾ ਪਤਾ ਲੱਗੇ ਕਿ ਸੱਚਾ ਝੂਠਾ ਅਤੇ ਤੁਸੀਂ ਮੰਜ਼ਿਲ 'ਤੇ ਪਹੁੰਚ ਜਾਓ। ਜਾਂ ਤੁਸੀਂ ਇਹ ਕੁਐਸਚਨ ਪੁੱਛੋਗੇ ਤੇਰੇ ਪਿੰਡ ਜਾਣ ਦਾ ਰਸਤਾ ਕਿਹੜਾ, ਅਤੇ ਉਹ ਅਗਰ ਬੰਦਾ ਹੋਇਆ ਸ਼ਾਮਪੁਰ ਦਾ, ਸ਼ਾਮਪੁਰ ਦੇ ਬੰਦੇ ਕਦੇ ਝੂਠ ਨਹੀਂ ਬੋਲਦੇ, ਉਹਨਾਂ ਨੇ ਸਿੱਧਾ ਹੀ ਕਹਿਣਾ ਵੀ ਮੇਰੇ ਪਿੰਡ ਜਾਣ ਦਾ ਰਸਤਾ ਇਹ ਹੈ, ਆਪਾਂ ਨੂੰ ਪਤਾ ਲੱਗਾ ਸ਼ਾਮਪੁਰ ਹੈ ਉਹ, ਠੀਕ ਹੈ। ਜੇ ਉਹਨੂੰ ਕਹੋਗੇ ਵੀ ਤੇਰੇ ਪਿੰਡ 'ਤੇ ਜਾਣ ਦਾ ਰਸਤਾ ਕਿਹੜਾ, ਉਹ ਰਾਮਪੁਰ ਦਾ ਬੰਦਾ, ਤੁਸੀਂ ਬੋਲੋ ਤੇਰੇ ਪਿੰਡ ਜਾਣ ਦਾ ਰਸਤਾ ਕਿਹੜਾ, ਉਹ ਆਪਣੇ ਪਿੰਡ ਪਾਏਗਾ ਹੀ ਨਹੀਂ, ਉਹ ਕਹੇਗਾ ਉਹ ਪਿੰਡ ਰਸਤਾ ਹੈ, ਕਿਉਂ, ਕਿਉਂਕਿ ਉਹ ਸ਼ਾਮਪੁਰ ਹੀ ਪਾਏਗਾ, ਉਹ ਝੂਠਾ, ਸੱਚ ਬੋਲਣਾ ਨਹੀਂ ਉਹਨੇ। ਸੋ ਮੇਰੇ ਹਿਸਾਬ ਨਾਲ ਇਹ ਹੈ ਇਸ ਸਵਾਲ ਦਾ ਜਵਾਬ। ਤੁਹਾਨੂੰ ਇਹ ਜਵਾਬ ਕਿੱਦਾਂ ਦਾ ਲੱਗਿਆ, ਜਾਂ ਤੁਹਾਨੂੰ ਕੋਈ ਹੋਰ ਜਵਾਬ ਵੀ ਮਿਲਦਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗੀ। ਇੱਦਾਂ ਹੀ ਫਨ ਦੀਆਂ, ਇੰਟਰਟੇਨਮੈਂਟ ਦੀਆਂ, ਭੇਜਦੀਆਂ ਦੀਆਂ, ਬੁਝਾਰਤਾਂ ਦੀਆਂ ਅਤੇ ਸਵਾਲ ਜਵਾਬ ਦੀਆਂ ਵੀਡੀਓ ਤੁਹਾਡੇ ਨਾਲ ਲਗਾਤਾਰ ਲੈ ਕੇ ਆਉਂਦੇ ਰਹਾਂਗੇ। ਵੀਡੀਓ ਵਧੀਆ ਲੱਗਦੀਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਜੁੜੇ ਰਹੋ ਇਨਫੋ ਸਿੰਘ ਅਤੇ ਇਨਫੋ ਕੌਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਦੇ ਨਾਲ, ਔਰ ਤੁਸੀਂ ਹੁਣ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਅਤੇ ਬਹੁਤ ਹੀ ਜਲਦ ਅਸੀਂ ਮੀਟਅਪ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਨਾਲ ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਤੁਹਾਡੇ ਨਾਲ ਰਾਬਤਾ ਕਰਿਆ ਕਰਾਂਗੇ, ਜਿੰਨਾ ਟਾਈਮ ਲੋਕਡਾਊਨ ਨਹੀਂ ਖੁੱਲਦਾ ਉਨਾ ਟਾਈਮ, ਜਦੋਂ ਤੱਕ ਲੋਕਡਾਊਨ ਨਹੀਂ ਖੁੱਲਦਾ, ਬਾਕੀ ਉਹਦੇ ਵਿਚਕਾਰ ਵੀ ਅਸੀਂ ਕੋਸ਼ਿਸ਼ ਕਰਾਂਗੇ, ਜਿੱਥੋਂ ਜਿੱਥੋਂ ਸਾਨੂੰ ਪਰਮਿਸ਼ਨ ਮਿਲਦੀ ਹੈ ਅਸੀਂ ਜਾ ਕੇ ਤੁਹਾਨੂੰ ਮੁਲਾਕਾਤ ਕਰੀਏ, ਤੁਹਾਡੇ ਨਾਲ ਗੱਲਬਾਤ ਕਰੀਏ। ਸੋ ਕਮੈਂਟ ਕਰਿਆ ਕਰੋ, ਆਪਣੇ ਪਿੰਡ ਦਾ ਨਾਮ ਸਾਨੂੰ ਜ਼ਰੂਰ ਦੱਸਿਆ ਕਰੋ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿਹੜੇ ਕਿਹੜੇ ਸਾਡੇ ਵੀਰ ਭੈਣ ਸਾਨੂੰ ਲਗਾਤਾਰ ਫੋਲੋ ਕਰ ਰਹੇ ਨੇ, ਵਾਚ ਕਰ ਰਹੇ ਨੇ, ਤਾਂ ਕਿ ਅਸੀਂ ਤੁਹਾਡੇ ਪਿੰਡ ਵਿੱਚ ਪਹੁੰਚ ਕੇ ਤੁਹਾਡੇ ਨਾਲ ਰਾਬਤਾ ਕਰ ਸਕੀਏ। ਕਮੈਂਟਾਂ ਰਾਹੀਂ ਅਤੇ ਮੈਸੇਜ ਦੇ ਰਾਹੀਂ ਵੀ ਤੁਸੀਂ ਆਪਣੇ ਪਿੰਡ ਦਾ ਨਾਮ ਸਾਨੂੰ ਦੱਸ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਨ ਦੇ ਲਈ, ਮਿਲਦੇ ਹਾਂ ਨੈਕਸਟ ਵੀਡੀਓ।